ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਿਉਣਾ, ਮੇਰਾ ਨਾਮ ਕਿਰਨ, ਤੇ ਤੁਸੀਂ ਦੇਖ ਰਹੇ ਹੋ ਦਾ ਹੈਪੀਐਸਟ ਕਪਲ। ਇੱਕ ਨਿਊਜ਼ ਤੁਹਾਨੂੰ ਦੇਣਾ ਚਾਹੁੰਦੇ ਹਾਂ ਜੀ, ਤੁਸੀਂ ਸਾਡੇ ਰੈਗੂਲਰ ਵਲੌਗਸ ਦੇਖਦੇ ਹੋ, ਬਹੁਤ ਜ਼ਿਆਦਾ ਪਿਆਰ ਕਰਦੇ ਹੋ ਅਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਮੈਂਟ ਕਰਦੇ ਹੋ, ਇੰਸਟਾਗ੍ਰਾਮ ਦੇ ਉੱਪਰ ਵੀ ਤੁਸੀਂ ਬਹੁਤ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ। ਅਤੇ ਸਾਨੂੰ ਇੰਸਟਾਗ੍ਰਾਮ ਦੇ ਉੱਪਰ ਕਿਸੇ ਨੇ ਮੈਸੇਜ ਕੀਤਾ ਅਤੇ ਉਹ ਸਾਨੂੰ ਮਿਲਣ ਆ ਰਹੇ ਨੇ, ਅਤੇ ਇਸ ਕਰਕੇ ਅੱਜ ਅਸੀਂ ਸਫਾਈਆਂ ਸਫਾਈਆਂ ਜੀ ਕਰ ਰਹੇ ਹਾਂ, ਕਿਉਂਕਿ ਪਹਿਲੀ ਵਾਰ ਸਾਨੂੰ ਕੋਈ ਇੰਸਟਾਗ੍ਰਾਮ ਤੋਂ ਸਾਡਾ ਕੋਈ ਫੋਲੋਅਰ ਸਾਨੂੰ ਮਿਲਣ ਆ ਰਿਹਾ। ਅਤੇ ਕਿਰਨ ਬਣਾ ਰਹੇ ਨੇ ਹੁਣ ਸਬਜ਼ੀ ਰੋਟੀ, ਸਫਾਈਆਂ ਸਫਾਈਆਂ ਸਾਰੀਆਂ ਘਰ ਦੀਆਂ ਕਰਦੀਆਂ ਨੇ। ਅਤੇ ਉਹ ਕੌਣ ਆ ਰਹੇ ਨੇ, ਬਣੇ ਰਹੋ, ਤੁਹਾਨੂੰ ਦੱਸਦਾ ਵੀ ਕੌਣ ਆਊਗਾ ਸਾਡੇ ਘਰੇ ਕੱਲ੍ਹ ਅਤੇ ਕਿਹਦੇ ਵਾਸਤੇ ਤਿਆਰੀਆਂ ਹੋ ਰਹੀਆਂ ਨੇ। ਤੁਸੀਂ ਜਾਣਦੇ ਹੋ ਪਿਛਲੇ ਕਾਫੀ ਦਿਨਾਂ ਤੋਂ ਕਿਰਨ ਬਿਮਾਰ ਹੋਣ ਕਰਕੇ ਆਪਾਂ ਘਰ ਵਾਲੇ ਨਾਲ ਧਿਆਨ ਨਹੀਂ ਦਿੰਦੇ ਸੀ, ਕਿਉਂਕਿ ਓਬਵੀਅਸਲੀ ਦੇਣਾ ਕਿਉਂ ਹੈ, ਕਿਉਂਕਿ ਸਫਾਈਆਂ ਸਫਾਈਆਂ ਵਾਲੇ ਨਾਲ ਦਿੰਦੇ ਨੇ, ਫਿਰ ਵੀ ਵਿੱਚੇ ਜੇ ਮੌਕਾ ਜਿਹਾ ਦਾਦੂ ਲਗਾ ਕੇ ਸਫਾਈ ਕਰ ਲੈਂਦੇ ਹੁੰਦੇ ਸੀ। ਅਤੇ ਅੱਜ ਇਹ ਠੀਕ ਫੀਲ ਕਰ ਰਹੇ ਸੀ, ਪਹਿਲਾਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੇ ਤੁਸੀਂ ਠੀਕ ਫੀਲ ਕਰ ਰਹੇ ਹੋ ਤਾਂ ਹੀ ਕੰਮ ਕਰਿਓ, ਨਹੀਂ ਤਾਂ ਨਹੀਂ। ਅਤੇ ਇਹ ਕਹਿੰਦੇ ਨਹੀਂ ਮੈਂ ਫਿਟ ਐਂਡ ਫਾਈਨ ਹਾਂ, ਵਧੀਆ ਇਹਨਾਂ ਨੇ ਫੀਲ ਕੀਤਾ ਅੱਜ, ਚਲੋ ਮੈਂ ਕਿਹਾ ਕਰ ਲੈਂਦੇ ਹਾਂ ਰਲ ਮਿਲ ਕੇ ਅਸੀਂ ਦੋਨਾਂ ਨੇ ਘਰ ਦੀਆਂ ਸਫਾਈਆਂ ਕਰਦੀਆਂ। ਉਹ ਇੱਕ ਗੁੱਡ ਨਿਊਜ਼ ਹੈ ਸਾਡੇ ਵਾਸਤੇ, ਪਤਾ ਨਹੀਂ ਤੁਹਾਨੂੰ ਤੁਸੀਂ ਉਸ ਚੀਜ਼ ਨੂੰ ਕੀ ਫੀਲ ਕਰੋਗੇ, ਬਟ ਸਾਨੂੰ ਐਵੇਂ ਲੱਗਦਾ ਕਿ ਇੱਕ ਅਚੀਵਮੈਂਟ ਹੈ, ਉਹ ਇੱਕ ਅਚੀਵਮੈਂਟ ਅਸੀਂ ਹਾਸਲ ਕੀਤੀ। ਸਾਨੂੰ ਬੜਾ ਬੜਾ ਅੱਛਾ ਲੱਗਿਆ ਜਦੋਂ ਉਹਨਾਂ ਨੇ ਸਾਨੂੰ ਫੋਨ ਕੀਤਾ, ਔਰ ਪਹਿਲਾਂ ਉਹਨਾਂ ਨੇ ਇੰਸਟਾ 'ਤੇ ਸਾਡਾ ਫੋਨ ਨੰਬਰ ਦਿੱਤਾ ਅਤੇ ਔਰ ਆਪਾਂ ਦੇਖਿਆ ਉਹਨਾਂ ਦਾ ਪੇਜ ਵਗੈਰਾ, ਅਤੇ ਫਿਰ ਆਪਾਂ ਉਹਨਾਂ ਨੂੰ ਨੰਬਰ ਦਿੱਤਾ ਅਤੇ ਉਹਨਾਂ ਨੇ ਫਿਰ ਕਾਲ ਕੀਤੀ, ਹੈ ਨਾ। ਅਤੇ ਫਿਰ ਜੋ ਅੱਗੇ ਗੱਲਬਾਤ ਹੋਈ ਤੁਹਾਨੂੰ ਅੱਗੇ ਦੱਸੂਗਾ ਮੈਂ। ਕੱਲ੍ਹ ਸਾਡੀ ਕੋਈ ਇੰਟਰਵਿਊ ਲੈਣ ਆ ਰਿਹਾ। ਸਹੀ ਗੱਲ, ਅਸੀਂ ਤਾਂ ਹੈਰਾਨ ਹੋਏ ਨਾ। ਐਕਚੁਅਲ ਵਿੱਚ ਕਿੱਦਾਂ, ਕੋਈ ਨਿਊਜ਼ ਚੈਨਲ ਵਾਲੇ ਨੇ, ਯੂਟਿਊਬ ਦੇ ਉੱਪਰ ਨਿਊਜ਼ ਚੈਨਲ ਹੈ ਕੋਈ, ਨਾਮ ਮੈਂ ਤੁਹਾਨੂੰ ਗੱਲ ਦੱਸੂੰਗਾ। ਅਤੇ ਉਹਨਾਂ ਨੇ ਸਾਨੂੰ ਅਪਰੋਚ ਕੀਤੀ ਬਾਏ ਇੰਸਟਾ ਹੀ, ਅਤੇ ਉਹਨਾਂ ਨੇ ਮੈਸੇਜ ਕੀਤਾ, ਕਹਿੰਦੇ ਅਸੀਂ ਤੁਹਾਡੀ ਨਾ ਇੰਟਰਵਿਊ ਲੈਣੀ ਹੈ। ਮੈਂ ਕਿਹਾ ਇੰਟਰਵਿਊ ਸਾਡੀ ਕਿਉਂ ਲੈਣੀ ਹੈ ਬਈ, ਯਾਰ ਅਸੀਂ ਕਿਹੜਾ ਸੈਲੀਬ੍ਰਿਟੀ ਹੈ ਨਾ, ਵੀ ਕਿਉਂ ਲੈਣੀ ਹੈ ਸਾਡੀ ਇੰਟਰਵਿਊ, ਹੈ ਨਾ। ਮੈਂ ਅਸੀਂ ਇੱਕ ਦੂਜੇ ਨਾਲ ਅਸੀਂ ਨਾ ਬੋਂਦਲ ਗਏ ਪਹਿਲਾਂ, ਮੈਂ ਕਿਹਾ ਯਾਰ ਕੀ ਪੁੱਛਣਗੇ ਸਾਡੇ ਤੋਂ, ਮੈਂ ਕਿਹਾ ਮਨਾ ਕਰ ਦਿੰਦੇ ਹਾਂ। ਕਿਰਨ ਕਹਿੰਦੇ ਹਾਂ ਮਨਾ ਕਰ ਦਿੰਦੇ ਹਾਂ। ਬਾਅਦ 'ਚ ਨਾ ਅਸੀਂ ਸੋਚਿਆ, ਮੈਂ ਕਿਹਾ ਪਹਿਲਾਂ ਉਹਨਾਂ ਨੂੰ ਪੁੱਛਿਆ ਤਾਂ ਸੀ ਵੀ ਉਹਨਾਂ ਨੇ ਪੁੱਛਣਾ ਕੀ ਹੈ, ਅਤੇ ਚਲੋ ਉਹਨਾਂ ਦਾ ਜਦੋਂ ਕਾਲ ਕੁਲ ਆਈ ਆਪਾਂ ਗੱਲ ਕੀਤੀ, ਉਹਨਾਂ ਨੇ ਫਿਰ ਦੱਸਿਆ ਵੀ ਨਹੀਂ ਤਾਂ ਟੈਨਸ਼ਨ ਨਾ ਲਓ, ਇੰਟਰਵਿਊ ਲੈਣੀ ਹੈ ਤੁਹਾਡਾ, ਜਿਹੜਾ ਇੱਕ ਤੁਸੀਂ ਜਿਹੜਾ ਕਪਲ ਹੋ ਨਾ, ਵੀ ਉਹ ਬਹੁਤ ਇੰਸਪਾਇਰਿੰਗ ਕਪਲ ਹੋ, ਤੁਸੀਂ ਇੰਸਪਾਇਰ ਕਰਦੇ ਹੋ ਲੋਕਾਂ ਨੂੰ, ਲੋਕ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਇੰਸਟਾ ਦੇ ਉੱਪਰ, ਤੁਸੀਂ ਬਹੁਤ ਜ਼ਿਆਦਾ ਮਤਲਬ ਤੁਹਾਡੀ ਵੀਡੀਓਜ਼ ਨੂੰ ਲੋਕ ਪਸੰਦ ਕਰਦੇ ਨੇ, ਲਾਈਕ ਕਰਦੇ ਨੇ। ਔਰ ਜਿਹੜੀ ਸਭ ਤੋਂ ਵੱਡੀ ਗੱਲ, ਸਾਨੂੰ ਵੀ ਇਹ ਫੀਲ ਹੋਈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਸਾਡਾ ਇੰਸਟਾਗ੍ਰਾਮ ਜਿਹੜਾ ਆਈ ਡੀ ਆ ਬਹੁਤ ਜ਼ਿਆਦਾ ਗਰੋ ਕਰ ਗਈ ਆ, ਔਰ ਜਦੋਂ ਅਸੀਂ ਉਹਦੇ ਐਨਾਲਿਟਿਕਸ ਚੈੱਕ ਕਰਦੇ ਹਾਂ ਨਾ, ਇਨਸਾਈਟ ਵਗੈਰਾ ਚੈੱਕ ਕਰਦੇ ਹਾਂ, ਮਤਲਬ ਮੈਂ ਨਹੀਂ ਕਹਿ ਸਕਦਾ ਕੋਈ ਇੱਕ ਅੱਧਾ ਵਿਰਲਾ ਹੀ ਹੋਊਗਾ ਜਿਹਨੇ ਕੋਈ ਮਾੜਾ ਕਮੈਂਟ ਕੀਤਾ ਹੋਊਗਾ, ਮਤਲਬ ਜਿਹੜਾ ਤੁਹਾਡਾ ਇੰਨਾ ਜ਼ਿਆਦਾ ਪਿਆਰ ਹੁੰਦਾ ਨਾ ਉਹਦੇ ਅੱਗੇ, ਉਹ ਇੱਕ ਦੋ ਮਾੜੇ ਕਮੈਂਟ ਚੁੱਭਦੇ ਹੀ ਨਹੀਂ ਹੈ, ਮਤਲਬ ਫਰਕ ਹੀ ਨਹੀਂ ਪੈਂਦਾ ਉਹਨਾਂ ਨਾਲ, ਕਿਉਂਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ, ਰਿਸਪੈਕਟ ਦਿੰਦੇ ਹੋ, ਔਰ ਅਸੀਂ ਵੀ ਤੁਹਾਡੀ ਓਨੀ ਹੀ ਜ਼ਿਆਦਾ ਰਿਸਪੈਕਟ ਕਰਦੇ ਹਾਂ। ਅਤੇ ਫਿਰ ਮੈਂ ਕਿਹਾ ਕਿਰਨ ਚੱਲ ਕੋਈ ਗੱਲ ਨਹੀਂ ਆਪਾਂ ਕਰ ਦਿੰਦੇ ਹਾਂ ਇੰਟਰਵਿਊ, ਦੇਖੀ ਜਾਏਗੀ। ਅਤੇ ਅਸੀਂ ਘਰ ਤਾਂ ਬੈਠੇ ਹਾਂ, ਅਤੇ ਕਿਰਨ ਕਹਿੰਦੇ ਯਾਰ ਆਪਣਾ ਘਰ ਕਿੰਨਾ ਗੰਦਾ ਹੋਇਆ ਪਿਆ ਨਾ, ਝਾੜੂ ਪੋਚਾ ਕਰਨ ਵਾਲਾ। ਮੈਂ ਕਿਹਾ ਯਾਰ ਆਪਾਂ ਬਾਹਰੋਂ ਕੋਈ ਬੰਦਾ ਬੰਦਾ ਬੁਲਾ ਕੇ ਨਾ ਸਾਫ਼ ਕਰਾ ਲੈਂਦੇ ਹਾਂ। ਫਿਰ ਇਹ ਸਵੇਰੇ ਜਦੋਂ ਅਸੀਂ ਉੱਠੇ ਕਹਿੰਦੇ ਨਹੀਂ ਨਹੀਂ ਆਪਾਂ ਕਰ ਲਾਂਗੇ, ਹੋ ਜਾਏਗਾ ਮੈਨੇਜ। ਮੈਂ ਕਿਹਾ ਜੇ ਤਾਂ ਤੁਸੀਂ ਠੀਕ ਹੋ ਤਾਂ ਹੀ ਦੱਸੋ, ਕਹਿੰਦੇ ਓਕੇ ਆ। ਪਰ ਜੇ ਰਲ ਮਿਲ ਕੇ ਦੋਨਾਂ ਨੇ ਕੰਮ ਕੁੰਮ ਕਰ ਲਿਆ, ਜੋ ਵੀ ਮਾੜਾ ਮੋਟੀ ਸਫਾਈਆਂ ਕਰ ਲਈਆਂ, ਇੰਨੀ ਜ਼ਿਆਦਾ ਘਬਰਾਹਟ ਜਾਂ ਇੰਨਾ ਜ਼ਿਆਦਾ ਡਰ ਤਾਂ ਸਾਨੂੰ ਪੇਪਰਾਂ ਵੇਲੇ ਨਹੀਂ ਲੱਗਦਾ ਜਿੰਨਾ ਕੱਲ੍ਹ ਦੀ ਇੰਟਰਵਿਊ ਦਾ ਲੱਗ ਰਿਹਾ, ਵੀ ਜਿਵੇਂ ਸਾਨੂੰ ਜੋਬ ਮਿਲਣੀ ਹੁੰਦੀ ਕੋਈ ਉਹਦੀ ਇੰਟਰਵਿਊ ਹੁੰਦੀ, ਫੇਲ ਨਾ ਹੋ ਜਾਈਏ। ਪਰ ਜੋ ਵੀ ਹੈ, ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਪੁੱਛਣਾ ਹੈ, ਪੁੱਛਣਗੇ ਤਾਂ ਉਹੀ ਸਾਡੇ ਬਾਰੇ ਰਿਲੇਟਡ ਹੀ ਪੁੱਛਣਗੇ, ਪਰ ਜੋ ਵੀ ਹੈ ਅਸੀਂ ਪੁੱਛਣਗੇ ਬਿਲਕੁਲ ਜੈਨੂਨ ਤਰੀਕੇ ਨਾਲ ਹੀ ਦੱਸਾਂਗੇ ਉਹਨਾਂ ਨੂੰ, ਅਤੇ ਜੋ ਆਪਾਂ ਹੈਗੇ ਹਾਂ। ਬਾਕੀ ਤੁਸੀਂ ਜ਼ਰੂਰ ਦੇਖਿਓ ਇਸ ਇੰਟਰਵਿਊ ਨੂੰ, ਮੈਂ ਅੱਜ ਦਾ ਨਹੀਂ ਕੱਲ੍ਹ ਕੱਲ੍ਹ ਦੇ ਵਲੋਗ ਇਸ ਤੁਹਾਨੂੰ ਦੱਸੂਗਾ ਵੀ ਕੌਣ ਆਏ ਨੇ। ਆਖਿਰਕਾਰ ਮੇਰੇ ਬਚਪਨ ਦਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ। ਮੈਂ ਦੇਖੋ ਮਿਊਜ਼ਿਕ ਦੇ ਵਿੱਚ ਸਿੰਗਿੰਗ ਬਹੁਤ ਸਿੱਖੀ, ਹੈ ਨਾ, ਕਲਾਸੀਕਲ ਸਿੱਖਿਆ ਮਿਊਜ਼ਿਕ, ਔਰ ਫੋਕ ਸਿੰਗਿੰਗ ਬਹੁਤ ਕੀਤੀ, ਗਾਣੇ ਬਹੁਤ ਗਾਏ, ਬਹੁਤ ਸਟੇਜ ਸ਼ੋਜ਼ ਬਹੁਤ ਲਗਾਏ, ਬਹੁਤ ਥਾਵਾਂ 'ਤੇ ਪਰਫੋਰਮੈਂਸਿਸ ਦਿੱਤੀਆਂ, ਹਾਰਮੋਨੀਅਮ ਵਜਾਨਾ, ਹੈ ਨਾ, ਕੀਬੋਰਡ ਪਿਆਨੋ ਵਜਾ ਲੈਣਾ, ਲੇਕਿਨ ਜਿਹੜਾ ਗਿਟਾਰ ਹੈ, ਮੈਨੂੰ ਗਿਟਾਰ ਹਾਲੇ ਤੱਕ ਵਜਾਉਣਾ ਨਹੀਂ ਆਇਆ, ਮੈਂ ਚੌਥੇ ਵਾਰੀ ਸਿੱਖਣਾ ਸ਼ੁਰੂ ਕਰ ਰਿਹਾ। ਪਹਿਲਾਂ ਕਿ ਮੈਂ ਸਿੱਖਣ ਲੱਗਿਆ ਸੀ 15 ਦਿਨਾਂ 'ਚ ਭੱਜ ਆਇਆ ਸੀ, ਉਸ ਤੋਂ ਬਾਅਦ ਮੈਂ ਫਿਰ ਸਿੱਖਣ ਲੱਗਿਆ, ਮੇਰੇ ਕੋਲ ਹਫ਼ਤਾ, ਹੈ ਨਾ, ਮਤਲਬ ਅਗਲੇ ਦੋ ਵਾਰੀ ਤਿੰਨ ਕਲਾਸਾਂ ਲੱਗੀ, ਹਾਂ ਤਿੰਨ ਕਲਾਸਾਂ, ਉਸ ਤੋਂ ਬਾਅਦ ਫਿਰ ਸਿੱਖਣ ਲੱਗਾ, ਫਿਰ ਹਫ਼ਤਾ ਕੁ ਬਸ।
ਹੁਣ ਮੈਂ ਚੌਥੇ ਵਾਰੀ ਮਨ ਬਣਾ ਲਿਆ ਕਿ ਨਹੀਂ ਮੈਂ ਗਿਟਾਰ ਸਿੱਖੂੰਗਾ ਕਿਉਂਕਿ ਬਿਕੋਜ਼ ਮੈਨੂੰ ਗਿਟਾਰ ਦਾ ਸ਼ੌਂਕ ਬਹੁਤ ਜ਼ਿਆਦਾ ਹੈ ਲੇਕਿਨ ਸ਼ੌਂਕ ਦੇ ਨਾਲ ਨਾਲ ਟਾਈਮ ਦੀ ਬਹੁਤ ਦਿੱਕਤ ਹੈ ਮੈਨੂੰ ਸੋ ਮੈਂ ਸਾਡੇ ਭਾਅ ਜੀ ਨੇ ਪੁਨੀਤ ਜੀ ਅਤੇ ਇਹ ਅੱਜ ਤੋਂ ਮੇਰੇ ਉਸਤਾਦ ਜੀ ਨੇ ਇਹ ਮੈਨੂੰ ਗਿਟਾਰ ਸਿਖਾਉਣਗੇ ਇਹ ਮੇਰੇ ਗੁਰੂ ਜੀ ਬਣ ਗਏ ਨੇ ਹੁਣ ਇਹ ਤਾਂ ਪਹਿਲਾਂ ਵੀ ਵੈਸੇ ਮੇਰੇ ਗੁਰੂ ਸਨ ਜਿਸ ਟਾਈਮ ਇਹਨਾਂ ਨੇ ਗਿਟਾਰ ਸਿਖਾਉਣ ਦੀ ਮੈਨੂੰ ਬੜੀ ਕੋਸ਼ਿਸ਼ ਕੀਤੀ ਪਰ ਮੈਂ ਸਿੱਖਿਆ ਨਹੀਂ ਮੈਂ ਇੱਕ ਉਹ ਕਹਿੰਦੇ ਨਲਾਇਕ ਸਟੂਡੈਂਟ ਸੀਰੀਅਸਲੀ ਮੈਂ ਇੱਕ ਨਲਾਇਕ ਸਟੂਡੈਂਟ ਰਿਹਾ ਗਿਟਾਰ ਸਿੱਖਣ ਦੇ ਵਿੱਚ ਬਟ ਤੁਸੀਂ ਸਾਰੇ ਮੈਨੂੰ ਹੌਸਲਾ ਵਧਾਓ ਮੇਰਾ ਕਿ ਮੈਂ ਗਿਟਾਰ ਸਿੱਖ ਸਕਾਂ ਔਰ ਜਲਦੀ ਦੋ ਤਿੰਨ ਮਹੀਨੇ ਤਾਂ ਲੱਗ ਜਾਣਗੇ ਬੇਸਿਕ ਕਲੀਅਰ ਕਰਨ ਹਾਂ ਬੇਸਿਕ ਕਲੀਅਰ ਕਰਨ ਨੂੰ ਇਹ ਨਹੀਂ ਕਹਿੰਦਾ ਤਿੰਨ ਮਹੀਨੇ 'ਚ ਗਿਟਾਰ ਆ ਜੂਗੀ ਤਿੰਨ ਚਾਰ ਸਾਲ ਲੱਗ ਜਾਂਦੇ ਨੇ ਪ੍ਰੋਪਰ ਗਿਟਾਰਿਸਟ ਬਣਨ ਨੂੰ ਇਹ ਸੱਚਾਈ ਹੈ ਪਰ ਤਿੰਨ ਮਹੀਨਿਆਂ 'ਚ ਬਿਕੋਜ਼ ਮੈਂ ਮਿਊਜ਼ਿਕ ਜਾਣਦਾ ਮੈਨੂੰ ਰਿਦਮ ਦੀ ਨੌਲੇਜ ਹੈ ਮੈਨੂੰ ਸੁਰ ਦੀ ਨੌਲੇਜ ਹੈ ਇਸ ਕਰਕੇ ਰਾਗ ਵਗੈਰਾ ਦੀ ਨੌਲੇਜ ਹੋਣ ਕਰਕੇ ਮੈਨੂੰ ਸਿਰਫ ਤਿੰਨ ਮਹੀਨੇ ਲੱਗਣਗੇ ਬੇਸਿਕ ਕਲੀਅਰ ਕਰਨ ਨੂੰ ਜਿਹਦਾ ਛੇ ਕੁ ਮਹੀਨੇ ਤਾਂ ਲੱਗ ਹੀ ਜਾਂਦੇ ਨੇ ਬੇਸਿਕ ਕਲੀਅਰ ਕਰਨ ਦੇ ਹੈ ਡਿਪੈਂਡ ਬੱਚੇ ਦੇ ਡਿਪੈਂਡ ਕਰਦਾ ਉਹਨਾਂ ਦੀ ਸਟਰੈਂਥ ਦੇ ਉੱਪਰ ਵੀ ਕਿੰਨੀ ਜਲਦੀ ਮਿਹਨਤ ਕਰਦੇ ਅੱਛਾ ਜੇ ਮੇਰੇ ਵਰਗਾ ਹੋਇਆ ਕੋਈ ਸਟੂਡੈਂਟ ਫਿਰ ਤਾਂ ਜ਼ਿਆਦਾ ਹੀ ਟਾਈਮ ਸਾਲ ਹੋ ਗਿਆ ਭਾਜੀ ਸਾਨੂੰ ਵੀ ਸਾਲ ਹੋ ਗਈ ਮੇਰੇ ਖਿਆਲ ਉਹ ਗੱਲ ਨੂੰ ਸਹੀ ਗੱਲ ਹੈ ਜੇ ਮੈਂ ਹੁਣ ਆਪਣੇ ਪੂਰੇ ਜਜ਼ਬੇ ਦੇ ਨਾਲ ਸਿੱਖਣ ਲੱਗਾ ਤਾਂ ਮੈਂ ਸਰ ਤੁਸੀਂ ਹੁਣ ਨਾ ਡਾਂਟਣਾ ਮੈਨੂੰ ਮਤਲਬ ਡਾਂਟ ਕੇ ਮੈਨੂੰ ਕਰਾਣਾ ਹੈ ਨਾ ਲਾਂਤਾ ਪਾਣੀਆਂ ਨੇ ਮੈਨੂੰ ਨਹੀਂ ਸਾਡੇ ਸਟੂਡੈਂਟ ਨੇ ਜਿਹੜੇ ਅਕੈਡਮੀ ਦੇ ਬੱਚੇ ਦੇਖ ਲਓ 3 ਮਹੀਨੇ ਚ ਕਿੰਨਾ ਗੁਜ਼ਾਰੇ ਨੇ ਹਾਂ ਇਹ ਵੀ ਹੈ ਇਹ ਤਾਂ ਤੁਸੀਂ ਪ੍ਰੈਕਟਿਸ ਵੀ ਕਰਦੇ ਇਹ ਜਿਉਣਾ 뮤직 ਸਕੂਲ ਦੇ ਵਿੱਚ ਸਰ ਟੀਚਰ ਵੀ ਨੇ ਜੋ ਗਿਟਾਰ ਤੇ ਵੋਕਲਸ ਕਰਵਾਉਂਦੇ ਨੇ ਤੇ ਨਾਲ ਹੁਣ ਮੇਰੇ ਟੀਚਰ ਵੀ ਨੇ ਸਟੂਡੈਂਟਸ ਨੂੰ ਬਹੁਤ ਸੋਹਣਾ ਗਿਟਾਰ ਸਿਖਾਉਂਦੇ ਨੇ ਇਹ ਤੇ ਔਰ ਬੱਚੇ ਬਹੁਤ ਅੱਛਾ ਕਰ ਰਹੇ ਨੇ ਇਨਫੈਕਟ ਬਹੁਤ ਜ਼ਿਆਦਾ ਵਧੀਆ ਵਜਾ ਰਹੇ ਨੇ ਗਿਟਾਰ ਤੇ ਹੁਣ ਮੈਨੂੰ ਸ਼ਰਮ ਆਊਗੀ ਜੇ ਮੈਂ ਵੀ ਸਿੱਖੂੰਗਾ ਤੇ ਮੇਰੇ ਹੀ ਸਟੂਡੈਂਟਸ ਮੇਰੇ ਤੋਂ ਜ਼ਿਆਦਾ ਵਧੀਆ ਵਜਾ ਰਹੇ ਮੇਰੇ ਵੈਸੇ ਤਾਂ ਮੇਰੇ ਲਈ ਖੁਸ਼ੀ ਵਾਲੀ ਮਾਣ ਵਾਲੀ ਗੱਲ ਹੈ ਵੀ ਸਾਡੇ ਸਟੂਡੈਂਟਸ ਬਹੁਤ ਅੱਛਾ ਵਜਾਉਂਦੇ ਨੇ ਔਰ ਸਾਡੇ ਤੋਂ ਅੱਛਾ ਵਜਾਉਣ ਅੱਗੇ ਤਾਂ ਸਾਡੇ ਲਈ ਹੋਰ ਖੁਸ਼ੀ ਵਾਲੀ ਗੱਲ ਹੈ ਬਟ ਮੈਨੂੰ ਸ਼ਰਮ ਤਾਂ ਆਊਗੀ ਵੀ ਉਹਨਾਂ ਦਾ ਟੀਚਰ ਜਿਹੜਾ ਦੂਸਰਾ ਟੀਚਰ ਆ ਪਿਆਨੋ ਐਂਡ ਵੋਕਲ ਟੀਚਰ ਹੈ ਜਿਹੜਾ ਉਹ ਗਿਟਾਰ ਸਿੱਖਣ ਲੱਗਿਆ ਅਤੇ ਉਹਨੂੰ ਉਹ ਸਿੱਖ ਨਹੀਂ ਪਾ ਰਿਹਾ ਸੋ ਮੈਂ ਟਰਾਈ ਐਫਰਟਸ ਪੂਰੇ ਕਰਦੇ ਨੇ ਗਿਟਾਰ ਸਿੱਖਣ ਦੇ ਮੈਂ ਆਪਣੇ ਹਿਟਾਚੀ ਦੇ ਏਸੀ ਦੀ ਕੰਪਲੇਂਟ ਲਿਖਾਈ ਸੀ ਕਿ ਕੂਲਿੰਗ ਸਹੀ ਨਹੀਂ ਕਰ ਰਿਹਾ ਫਿਰ ਬੰਦੇ ਆ ਗਏ ਦੇਖ ਕੇ ਗਏ ਕਹਿੰਦੇ ਵਹਿਮ ਦਾ ਇਲਾਜ ਨਹੀਂ ਹੁੰਦਾ ਸਾਨੂੰ ਇੱਕ ਵਹਿਮ ਪਿਆ ਹੋਇਆ ਕਿ ਜਿਹੜਾ ਸਾਡਾ ਲੋਬੀ ਦਾ ਏਸੀ ਹੈ ਕੂਲਿੰਗ ਘੱਟ ਕਰ ਰਿਹਾ ਮਤਲਬ ਜਿਹੜੀ ਇਹਦੀ ਕੂਲ ਰੇਟ ਹੈ ਘੱਟ ਹੈ ਕਿਉਂਕਿ ਸਾਨੂੰ ਤਾਂ ਦੱਸ ਕੇ ਉਹਨੇ ਆਹੀ ਦਿੱਤਾ ਸੀ ਕਿ ਇਹਨਾਂ ਦੀ ਕੂਲਿੰਗ ਸਗੋਂ ਜ਼ਿਆਦਾ ਹੁੰਦੀ ਹੈ ਲੋਇਡ ਨਾਲੋਂ ਹੁਣ ਜੇ ਮੈਂ ਸਟੂਡੀਓ ਦਾ ਏਸੀ ਚਲਾ ਕੇ ਦੇਖਾਂ ਉਹਦੀ ਹਵਾ ਵੀ ਯਾਰ ਜ਼ਿਆਦਾ ਠੰਡੀ ਲੱਗਦੀ ਹੈ ਪਰ ਹੁਣ ਮੈਂ ਜੇ ਦੇਖਾਂ ਹੁਣ ਕਿਹਾ ਠੀਕ ਲੱਗ ਰਹੀ ਹੈ ਮੈਨੂੰ ਪਤਾ ਤੁਹਾਨੂੰ ਵਹਿਮ ਹੋਇਆ ਪਿਆ ਅੰਦਰ ਆਲੋ ਅੰਦਰ ਦਾ ਏਸੀ ਚਲਾਉਂਦਾ ਰਹਿੰਦਾ ਇੱਕ ਹੈ ਠੀਕ ਲੱਗ ਰਹੀ ਕਿ ਨਹੀਂ ਲੱਗ ਰਹੀ ਹਵਾ ਉਹਨਾਂ ਨੇ ਮੀਟਰ ਲਗਾ ਕੇ ਚੈੱਕ ਕੀਤੀ ਹੈ ਜਿਹੜੀ ਗੈਸ ਹੈ ਗੈਸ ਫੁੱਲ ਹੈ ਕਹਿੰਦਾ ਗੈਸ ਦੀ ਇਹ ਜੇ ਕਈ ਵਾਰ ਕਹਿੰਦਾ ਐਵੇਂ ਹੁੰਦਾ ਵੀ ਗੈਸ ਜਦੋਂ ਬੰਦਾ ਇੰਸਟਾਲ ਕਰਦਾ ਗੈਸ ਘੱਟ ਜਾਂਦੀ ਹੈ ਹਨਾ ਲੀਕ ਹੋ ਜਾਂਦੀ ਹੈ ਪਰ ਗੈਸ ਵੀ ਪੂਰੀ ਹੈ ਕਹਿੰਦਾ ਭਾਅ ਜੀ ਕਹਿੰਦਾ ਐਕਚੁਲੀ ਇਹ ਲੋਬੀ ਤੁਹਾਡੀ ਵੱਡੀ ਹੈ ਅਤੇ 2 ਟਨ ਦਾ ਏਸੀ ਚਾਹੀਦਾ ਮੈਂ ਕਿਹਾ ਯਾਰ ਸਾਨੂੰ ਤਾਂ ਜਿਹੜਾ ਏਸੀ ਵਾਲਾ ਬੰਦਾ ਸੀ ਉਹਨੂੰ ਬੁਲਾਇਆ ਸੀ ਸਪੈਸ਼ਲ ਮੈਂ ਤੁਹਾਨੂੰ ਕਿਹਾ ਸੀ ਨਾ ਆਪਾਂ ਨੂੰ 2 ਟਨ ਦਾ ਏਸੀ ਲੱਗੂਗਾ ਇੱਥੇ ਪਤਾ ਕਿਉਂ 2 ਟਨ ਦਾ ਏਸੀ ਲੱਗੂ ਕਿਉਂਕਿ ਕਿਚਨ ਵੀ ਨਾਲ ਪੈਂਦੀ ਹੈ ਨਾ ਕਿਚਨ ਵੀ ਪੈਂਦੀ ਹੈ ਹੁਣ ਇਹ ਵਾਲੀ ਸਾਰੀ ਹਵਾ ਜਿਹੜੀ ਪਹਿਲਾਂ ਕਿਚਨ ਨੂੰ ਜਾਂਦੀ ਹੈ ਡਾਇਰੈਕਟ ਕਿਉਂਕਿ ਕਿਚਨ ਦੇ ਸਾਹਮਣੇ ਆ ਫਿਰ ਹੁਣ ਚੇਂਜ ਕਰੀਏ ਨਹੀਂ ਹੁਣ ਚੇਂਜ ਦੀ ਵਾਲੀ ਤਾਂ ਆਪਸ਼ਨ ਨਹੀਂ ਪਰ ਮੈਨੂੰ ਲੱਗਦਾ ਸੀ ਕਿ 2 ਟਨ ਦੀ ਲੋਬੀ ਵਿੱਚ ਮੈਨੂੰ ਲੱਗਦਾ ਸੀ ਚਲੋ ਐਨੀਵੇਜ਼ ਜੋ ਵੀ ਹੈ 1.5 ਦੀ ਥਾਂ 2 ਲੱਗ ਜਾਣਾ ਚਾਹੀਦਾ ਸੀ ਇਹ ਸਾਡੀ ਮਿਸਟੇਕ ਹੋਈ ਹੈ ਪਰ ਆਪਾਂ ਜੇ ਲੈਣ ਹੀ ਗਏ ਸੀ ਆਪਾਂ ਦੀ ਥਾਂ 'ਤੇ ਉਹ ਵੀ ਲੈ ਹੀ ਲੈਣਾ ਸੀ ਨਾ ਜੋ ਸਾਨੂੰ ਦੱਸਿਆ ਗਿਆ ਚਲੋ ਐਨੀਵੇਜ਼ ਪਰ ਹੁਣ ਜੇ ਮੈਂ ਇੱਥੇ ਖੜ੍ਹ ਕੇ ਦੇਖ ਰਿਹਾ ਮੈਨੂੰ ਠੰਡੀ ਹਵਾ ਆ ਰਹੀ ਹੈ ਐਮ ਮੈਂ ਝੂਠ ਨਹੀਂ ਬੋਲ ਸਕਦਾ ਮੈਨੂੰ ਪੂਰੀ ਠੰਡੀ ਹਵਾ ਲੱਗ ਰਹੀ ਹੈ ਥੋੜ੍ਹੀ ਦੇਰ ਰੁਕਾਂਗਾ ਤਾਂ ਮੈਂ ਠੰਡ ਲੱਗਣ ਲੱਗ ਜਾਏਗੀ ਕਮਰੇ ਛੋਟੇ ਹੁੰਦੇ ਨੇ ਓਬਵੀਅਸਲੀ ਦੋਨੋਂ ਕਮਰਿਆਂ 'ਚ ਇੱਕ ਕਮਰੇ 'ਚ ਲੱਗਿਆ ਇੱਕ ਕਮਰਾ ਆਪਣਾ ਵੱਡਾ ਹੈ ਜਿਹੜੇ ਕਮਰਾ ਜਿਹੜਾ ਮੇਨ ਸਾਡਾ ਰੂਮ ਹੈ ਉੱਥੇ 1.5 ਟਨ ਦਾ ਲੱਗਿਆ ਹੋਇਆ ਜਿਹੜਾ ਦੂਸਰਾ ਰੂਮ ਹੈ ਉਹ ਛੋਟਾ ਹੈ ਉਸ ਤੋਂ ਥੋੜ੍ਹਾ ਜਿਹਾ ਛੋਟਾ ਲੇਕਿਨ ਉੱਥੇ 1 ਟਨ ਹੈ ਮਤਲਬ ਉਹ ਵੀ ਪੂਰਾ ਠੰਡੀ ਹਵਾ ਲੱਗ ਕਰ ਦਿੰਦਾ ਸਟੂਡੀਓ 'ਚ ਵੀ 1 ਟਨ ਹੈ ਓਕੇ ਹੈ ਠੀਕ ਹੈ ਹੁਣ ਜੇ ਦੇਖੀ ਜਾਈਏ ਯਾਰ ਲਾਗੇ ਲਾਗੇ ਨਹੀਂ ਟੈਸਟ ਵੀ ਲੈਣੀ ਕੀ ਲੈਣਾ ਦੱਸੀ ਕੋਲ ਹਾਂ ਮੈਂ ਡਿਊਰਾਸੈਲ ਸੀ ਯਾਰ ਉਸ ਦਿਨ ਵੀ ਮੰਗਾਏ ਸੀ ਉਹ ਦੇਖ ਨਹੀਂ ਉਹਦੇ ਕੋਲ ਹੈ ਨਹੀਂ ਇਹ ਆਪਾਂ ਚੱਲੇ ਜੀ ਦੁਕਾਨ ਤੇ ਥੋੜਾ ਸਮਾਨ ਲਿਆਈਏ ਉਹ ਚਲੋ ਚਲੋ ਗੋਲ ਗੱਪੇ ਖਾਓਗੇ ਅੱਛਾ ਵੀ ਮੈਨੂੰ ਦੋ ਮੈਂ ਆਪੇ ਲੈ ਆਉਂਦੀ ਸਮਾਨ ਤੇ ਆ ਵੇਖੋ ਘਰ ਵਾਲੀ ਮੇਰੀ ਗੋਲ ਗੱਪੇ ਨਹੀਂ ਖਾਂਦੀ ਚਾਬੀ ਗਿਰ ਗਈ ਜਗ੍ਹਾ ਚਲੋ ਭਾਈ ਨੇ ਲੈ ਗਿਆ ਹੈ ਲੈ ਗਿਆ ਸਮਾਨ
जाओ फिर मैं कोई चक्कर नहीं जाने जाओ ये तो डील करनी पेगी कल क्योंकि चंपा नहीं खादी मैं जे तो लैके जाना मैं ना फिर गोलगप्पे खवाने पैणगे बोलो डील करो किरण की ड्यूटी बनती है फर्ज बनता है पति व्रता पत्नी बन दा टाइम होना आ गया असली ठीक है हुण अपना फर्ज निभाओ बस एक गोलगप्पे पीछे ये फिर भी एक मेरा दिल कर रहा थोड़े पति देव दा दिल कर रहा गोलगप्पे खाण नू हुण तुहाडा फर्ज बनता है खवाने चला दो खवा दूंगी तल्ले मार दंदे ओ खाण वाली चीजां नू तुहानू दस्सिया सी ना घर दे सारे बजट दी कुंजी किरण कोले मैं अपने को एक रुपया नहीं रखता घर के बजट में हाँ की रखता दसो कहने का मतलब मैं कंजूसी करना अपने पैसे नहीं खर्चता किरण के खर्चे वाले इन्ना ड्यूरा सेल भी ले लो की देख रहे बच्चे ले लो मैंगो ब्लूबेरी ले लो रसबेरी ले लो फटदा नहीं आज क्यों खाओगे तुझे कुछ नहीं खाना बिल्कुल नहीं खाना क्यों नहीं खाना पिछली स्टॉल ते भीड़ बहुत सी फिर आपां अपनी सोसाइटी दे बिल्कुल बाहर खड़ा हुंदा गोलगप्पे वाला इहनू कदे नहीं आपां इहदे गोलगप्पे खाधे सी सो आपां इह ट्राई कीते इहदे कोल रश है नहींगा गोलगप्पे दे कोल भी थोड़े रह गए आह वेखो आह वेखो इधर देखो यार समान नहीं चुकया जा रहा इस तों देखो अपने वास्ते आ योगटां योगटां फ्लेवर वालियां माजा मूजा चिप्स चॉकलेटां सारा कुछ ले लिया है मेरे वास्ते जो मैं गोलगप्पे मंगा गोलगप्पे खा ले आपां खुश आ जी हुण तुसीं जो मर्जी लैंदे रहो आपां नूं कोई मतलब नहीं आपां संतुष्ट आ गोलगप्पिआं दे नाल ही साडी ना सोसाइटी दे बाहर तुसीं देखिआ ही होणा मैं तुहानूं दिखाया सी ओह ते बिलकुल बाहर ही खड़ा गेट ते गोलगप्पिआं दा किरण गोलगप्पे दी वी टेस्टी सी हाँ बहुत टेस्टी लगे मैनूं इहदे वी माड़ा नहीं गा जो ओनू 100 नंबर देने तो इन्हू 99 नहीं इन्हू भी 100 ही मिलने नंबर मेरी गल सुनो आओ टाइम सिर सो जी कल इंटरव्यू देनी है भुले भी कल तो सिलेबस याद कर दी कि सिलेबस डेट शीट नहीं डेट शीट आ गई लेकिन सिलेबस दिता नहीं आउट ऑफ सिलेबस क्वेश्चन पुछणगे सानू पता है सिलेबस उन्होंने दसे नहीं सानू बचपन की गल है साढ़े पिंड दुकान जिम्मे दुकाना होंगे छोटी छोटिया है ना परचून दट्टिया कहते उत ना एक रुपए की ना मम्मी देंदे जिम्मे पैसे मम्मी 2 रुपए देते कद 1 रुपया देता तो 1 रुपया लैके जो दुकान से जाते कहते भाई फुलिया सेविया दे तो एक कागज के उपर थोड़ी सेवियां तो थोड़ी मिठिया जी फुलिया पा दिता होंगे सी बहुत वधिया लगदिया होंदिया सी मतलब वह बचपन यादा है ना मतलब बहुत ज़्यादा वधिया होंदिया सी तो मतलब आ अजकल जो पीज़ा वगैरह खाने या बर्गर वगैरह ने कख नहीं तो ना जो मैं दुकान पर गया ना जसी मैंने आह चीज़ा पईया दिखिया मेरे को रहा नहीं गया मैं भी रहा दे मैं है ना क्योंकि मैं बचपन यादा ताजिया करूँगा प्रभात फेरिया च मटर मिलते ने बरीक वाले जां एडे एडे वाले बड़े टेस्टी होंगे ने मैं जो मेरा मन करता मैं मंगा के खानी है यार बचपन दी चीजा ने ना ये तो वधिया ही रहिंदियां ने ये कदे नहीं बदलनियां है ना हुण जो ये पता नहीं तुसी इस चीज़ नू रिलेट कर पाओगे या नहीं कर पाओगे इस इमोशंस नू है ना क्योंकि जो थोड़ी जी मिक्स करके दिखाते ना वो बचपन दे विच बंदा पहुंच जांदा पिंड दीआं गलियां भी भज्जे जांदे हुंदे जूड़ा खिल रहा हुंदा सी मम्मी आवाजा मार दिंदे सी आ जाओ घरे आ जाओ है ना बाहर खेडदे सी मतलब वो फील यार बहुत वधिया फील सी यार
ਕਿਉਂ ਵੱਡੇ ਹੋ ਗਏ ਯਾਰ ਆਪਾਂ ਐਵੇਂ ਯਾਰ ਸਹੀ ਗੱਲ ਛੋਟੇ ਛੋਟੇ ਤਾਂ ਹੀ ਨਾ ਕੀ ਦੱਸਾਂ ਮੇਰੇ ਗੱਲ ਹੀ ਨਹੀਂ ਕਰ ਸਕਦੇ ਆਪਾਂ ਇਸ ਬਾਰੇ ਐਵੇਂ ਵੱਡੇ ਹੋ ਕੇ ਜ਼ਿੰਮੇਵਾਰੀਆਂ ਪੈ ਗਈਆਂ ਕੰਮ ਦਾ ਕਹਿੰਦਾ ਮੰਮੀ ਪਾਪਾ ਨੇ ਜੋ ਮਜ਼ੇ ਮੰਮੀ ਪਾਪਾ ਕਰਾਉਂਦੇ ਨੇ ਨਾ ਆਪਾਂ ਆਪ ਨਹੀਂ ਕਰ ਸਕਦੇ ਇਹ ਫੈਕਟ ਹੈ ਜਿੰਨਾ ਮਰਜ਼ੀ ਆਪਾਂ ਪੈਸਾ ਕਮਾ ਲਈਏ ਜਿੰਨਾ ਮਰਜ਼ੀ ਘੁੰਮ ਲਈਏ ਪਰ ਜੋ ਮਜ਼ਾ ਆਪਣੇ ਮੰਮੀ ਪਾਪਾ ਨੇ ਜੋ ਸਾਨੂੰ ਕਰਾਉਂਦੇ ਸੀ ਭਾਵੇਂ ਉਦੋਂ ਟੈਕਨੋਲੋਜੀ ਨਹੀਂ ਹੁੰਦੀ ਸੀ ਜ਼ਿਆਦਾ ਆਹ ਕੁਛ ਨਹੀਂ ਹੁੰਦਾ ਸੀ ਪਰ ਫਿਕਰ ਨਹੀਂ ਹੁੰਦੀ ਸੀ ਨਾ ਟੈਨਸ਼ਨ ਫਰੀ ਪਤਾ ਪਾਪਾ ਬੈਠੇ ਨੇ ਮੰਮੀ ਬੈਠੇ ਨੇ ਹੈ ਨਾ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਹੀਂ ਬਟ ਟੱਚਵੁੱਡ ਪਰਮਾਤਮਾ ਮੇਰੇ ਮਾਂ ਪਿਓ ਦੀ ਲੰਮੀ ਉਮਰ ਕਰੇ ਹਲੇ ਵੀ ਮੰਮੀ ਪਾਪਾ ਮੇਰੇ ਬਹੁਤ ਸਪੋਰਟ ਕਰਦੇ ਨੇ ਜਿੱਥੇ ਵੀ ਲੋੜ ਪੈਂਦੀ ਹੈ ਉਹ ਥੰਮ ਬਣ ਕੇ ਖੜਦੇ ਨੇ ਨਾਲ ਹਲੇ ਵੀ ਆਪਣੀ ਬੱਚਿਆਂ ਵਾਂਗੂ ਕੇਅਰ ਕਰਦੇ ਨੇ ਸੇਮ ਮੇਰੀ ਅਤੇ ਕਿਰਨ ਦੀ ਦੋਨਾਂ ਦੀ ਹੈ ਨਾ ਸਾਨੂੰ ਕਿਤੇ ਵੀ ਅੜਚਨ ਆ ਜਾਂਦੀ ਹੈ ਅਤੇ ਉਹ ਖੜਦੇ ਨੇ ਸਾਡੇ ਨਾਲ ਹੈ ਨਾ ਬੱਚਿਆਂ ਬੱਚਿਆਂ ਨਾਲ ਤਾਂ ਸਾਰੀ ਜ਼ਿੰਦਗੀ ਖੜਦੇਗੇ ਹੈ ਨਾ ਪੇਰੈਂਟਸ ਲਵ ਮਾਈ ਪੇਰੈਂਟਸ ਰੱਬ ਦਾ ਬਹੁਤ ਸ਼ੁਕਰੀਆ ਕਰਦਾ ਅਤੇ ਪੇਰੈਂਟਸ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਕਾਬਿਲ ਬਣਾਇਆ ਹੋਇਆ ਆਪਾਂ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ ਮਿਲਾਂਗੇ ਕੱਲ੍ਹ ਇੰਟਰਵਿਊ ਦੀਆਂ ਤਿਆਰੀਆਂ ਕਰਾਂਗੇ ਸਾਡੀ ਜਦੋਂ ਇੰਟਰਵਿਊ ਲੈਣ ਆਉਣਗੇ ਤੁਹਾਨੂੰ ਦਿਖਾਵਾਂਗੇ ਵੀ ਕੀ ਚਵਲ ਮਾਰ ਰਿਹਾ ਸੀ ਠੀਕ ਹੈ ਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਤੇ ਦੇਖਦੇ ਰਹੋ ਸਾਡੇ ਸਾਰੇ ਵਲੋਗ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਜ਼ਰੂਰ ਕਰਿਆ ਕਰੋ ਸਾਨੂੰ ਤੇ ਬਾਕੀ ਤੁਹਾਡਾ ਅਸੀਂ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਇੰਨੀ ਜ਼ਿਆਦਾ ਸਪੋਰਟ ਕਰਦੇ ਹੋ ਇੰਸਟਾ 'ਤੇ ਤੁਸੀਂ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਇੰਨੇ ਮੈਸੇਜ ਇੰਨੀਆਂ ਦੁਆਵਾਂ ਲਾਈਫ 'ਚ ਕਦੀ ਆਪਾਂ ਨੂੰ ਇੰਨੀਆਂ ਦੁਆਵਾਂ ਨਹੀਂ ਸੁਣਨ ਨੂੰ ਮਿਲੀਆਂ ਜਿੰਨੀਆਂ ਇੰਸਟਾ ਦੇ ਉੱਤੇ ਹਰ ਇੱਕ ਮੈਸੇਜ 'ਤੇ ਦੁਆ ਹੁੰਦੀ ਆ ਬਹੁਤ ਬਹੁਤ ਸ਼ੁਕਰੀਆ ਉਹਦੇ ਲਈ ਬਹੁਤ ਜ਼ਿਆਦਾ ਧੰਨਵਾਦ ਆ ਸਾਡੇ ਦਿਲ ਤੋਂ ਅਸੀਂ ਤੁਹਾਡੀ ਬਹੁਤ ਰਿਸਪੈਕਟ ਕਰਦੇ ਹਾਂ ਜਿਹੜੇ ਸਾਨੂੰ ਤੁਸੀਂ ਮੈਸੇਜ ਲਿਖਦੇ ਹੋ ਅਤੇ ਸਾਡੀ ਰਿਸਪੈਕਟ ਕਰਦੇ ਹੋ ਅਤੇ ਸਾਨੂੰ ਦੁਆ ਦਿੰਦੇ ਹੋ ਅਤੇ ਮਿਲਦੇ ਹੁਣ ਕੱਲ੍ਹ ਦੇ ਵਲੋਗ 'ਚ ਉਦੋਂ ਤੱਕ ਬਾਏ ਬਾਏ ਤੁਸੀਂ ਆਪਣਾ ਵੀ ਖਿਆਲ ਰੱਖਿਆ ਕਰੋ ਬਾਏ 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 ਬਾਏ।